ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੋਹਾਲੀ ਨਾਈਟ ਲਾਈਫ ਦੇ ਵਿੱਚ ਤੁਹਾਡਾ ਸਵਾਗਤ ਆ ਤੇ ਪਰ ਅੱਜ ਤੁਹਾਨੂੰ ਆਪਾਂ ਘੁਮਾਵਾਂਗੇ ਥੋੜਾ ਚੰਡੀਗੜ੍ਹ ਨਾਈਟ ਨੂੰ ਚੰਡੀਗੜ੍ਹ ਕਿਹੋ ਜਿਹਾ ਲੱਗਦਾ ਤੇ ਆਪਾਂ ਹੈਗੇ ਇਸ ਟਾਈਮ 16 ਸੈਕਟਰ ਦੇ ਵਿੱਚ ਤੇ ਸਾਹਮਣੇ ਆਪਣੇ ਹੈਗਾ 17 ਸੈਕਟਰ ਲੈਫਟ ਸਾਈਡ ਤੇ ਜਿਹੜੀ ਰੋਡ ਜਾਂਦੀ ਆ ਜੀ ਇਹ ਜਾਂਦੀ ਆ 2 ਸੈਕਟਰ 3 ਸੈਕਟਰ ਲੇਕ ਵਾਲੀ ਸਾਈਡ ਨੂੰ ਤੇ ਰਾਈਟ ਸਾਈਡ ਜਿਹੜੀ ਰੋਡ ਜਾਂਦੀ ਆ ਇਹ ਜਾਂਦੀ ਆ ਜੀ 22 ਸੈਕਟਰ 35 ਸੈਕਟਰ 43 ਸੈਕਟਰ ਨੂੰ ਤੇ ਅੱਗੇ ਮੋਹਾਲੀ ਨੂੰ ਨਿਕਲ ਜਾਂਦੀ ਆ ਤੇ ਅੱਜ ਆਪਾਂ ਤੁਹਾਨੂੰ ਚੰਡੀਗੜ੍ਹ ਦੀਆਂ ਰੋਡਾਂ ਰਾਤ ਨੂੰ ਤੇ ਸਟਰੀਟ ਥੋੜੀਆਂ ਜਿਹਾ ਦਿਖਾਵਾਂਗੇ ਤੁਸੀਂ ਮੇਰੇ ਨਾਲ ਬਣੇ ਰਹੋ ਤੇ ਆਪਣਾ ਪੇਜ ਜ਼ਰੂਰ ਸਬਸਕ੍ਰਾਈਬ ਕਰੋ ਤੇ ਆਪਣੀ ਵੀਡੀਓ ਸ਼ੇਅਰ ਕਰਿਆ ਕਰੋ ਜੇ ਤੁਹਾਨੂੰ ਵਧੀਆ ਲੱਗਦਾ ਤਾਂ ਤੁਸੀਂ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿ ਆਪਾਂ ਕੀ ਸੁਧਾਰ ਕਰ ਸਕਦੇ ਹਾਂ ਹੋਰ ਆ ਜੀ ਆਪਣੇ ਲੈਫਟ ਸਾਈਡ 'ਤੇ ਹੈਗਾ ਜੀ 17 ਸੈਕਟਰ ਅਤੇ ਰਾਈਟ ਸਾਈਡ 'ਤੇ ਆਪਣੇ ਹੈਗਾ 22 ਸੈਕਟਰ ਜਿਹੜਾ ਲੈਫਟ ਸਾਈਡ 'ਤੇ ਆ ਇਹ ਦੁਸ਼ਹਿਰਾ ਗਰਾਊਂਡ ਹੈ ਇੱਧਰ ਜਿੱਥੇ ਯਾਨੀ ਕਿ ਬਹੁਤ ਮੇਲੇ ਵਗੈਰਾ ਹੁੰਦੇ ਆ ਅਤੇ ਜੋ ਯਾਨੀ ਕਿ ਫੈਸਟੀਵਲ ਹੁੰਦੇ ਆ ਚੰਡੀਗੜ੍ਹ ਦੇ ਬਹੁਤ ਜ਼ਿਆਦਾ ਇੱਥੇ ਹੁੰਦੇ ਆ ਜੀ ਅਤੇ ਜਿਹੜੀ ਇਹ 22 ਸੈਕਟਰ ਦੀ ਮਾਰਕੀਟ ਹੈ ਇਹ ਮੇਨ ਇੱਥੇ ਮੋਬਾਈਲ ਹੱਬ ਇਹਨੂੰ ਕਹਿ ਸਕਦੇ ਹਾਂ ਆਪਾਂ ਮੋਬਾਈਲ ਹਰੇਕ ਤਰ੍ਹਾਂ ਦਾ ਮੋਬਾਈਲ ਹਰੇਕ ਤਰ੍ਹਾਂ ਦੀ ਮੋਬਾਈਲ ਦੀ ਸ਼ੋਪ ਇੱਥੇ ਹੈਗੀ ਆ ਲੈਫਟ ਸਾਈਡ 'ਤੇ 17 ਸੈਕਟਰ ਦਾ ਬੱਸ ਸਟੈਂਡ ਆ ਜੀ ਜਿਹੜਾ ਤੁਸੀਂ ਦੇਖ ਰਹੇ ਹੋ ਇਹ 17 ਸੈਕਟਰ ਦਾ ਬੱਸ ਸਟੈਂਡ ਆ ਜੀ ਇੱਥੋਂ ਸਾਰੀ ਰਾਤ ਹੀ ਬੱਸਾਂ ਚੱਲਦੀਆਂ ਰਹਿੰਦੀਆਂ ਬਹੁਤ ਘੈਂਟ ਵਿਊ ਅਤੇ ਬਹੁਤ ਵਧੀਆ ਬਣਿਆ ਹੋਇਆ ਲਓ ਜੀ ਹੁਣ ਆਪਾਂ ਆ ਗਏ ਹਾਂ 22 ਸੈਕਟਰ ਜਿਹੜੀ ਮੋਬਾਈਲਾਂ ਵਾਲੀ ਮਾਰਕੀਟ ਹੈ ਇਹਦਾ ਨਾਈਟ ਵਿਊ ਤੁਹਾਨੂੰ ਦਿਖਾਉਂਦੇ ਹਾਂ ਬਹੁਤ ਸੋਹਣੇ ਸੋਹਣੇ ਹੋਟਲ ਆ ਇੱਧਰ ਬਣੇ ਹੋਏ ਅਤੇ ਲੈਫਟ ਸਾਈਡ 'ਤੇ ਮਾਰਕੀਟ ਹੈ ਇਹਦਾ ਵੀ ਆਪਾਂ ਤੁਹਾਨੂੰ ਨਾਈਟ ਵਿਊ ਅੱਜ ਦਿਖਾਈ ਦਿੰਦੇ ਹਾਂ ਨਾਲੇ ਆਪਾਂ ਆਪਣੀ ਸਕੋਰਪੀਓ ਦੇ ਵਿੱਚ 2-4 ਗੇੜੀਆਂ ਮਾਰ ਲਾਂਗੇ ਠੀਕ ਹੈ ਜੀ ਇਹ ਨਾਈਟ ਸਟਰੀਟ ਯਾਨੀ ਕਿ ਰਾਤ ਨੂੰ ਕਿਸੇ ਨੇ ਮੈਗੀ ਖਾਣੀ ਆ ਚਾਹ ਪੀਣੀ ਆ ਕਿਸੇ ਨੇ ਐਗ ਰੋਲ ਵਗੈਰਾ ਸਾਰਾ ਕੁਛ ਖਾਣਾ ਤਾਂ ਬਹੁਤ ਕੁਛ ਇੱਥੇ ਖਾਣ ਪੀਣ ਨੂੰ ਵੀ ਮਿਲਦਾ ਆ ਲਓ ਜੀ ਆਪਣੇ ਰਾਈਟ ਸਾਈਡ 'ਤੇ 22 ਸੈਕਟਰ ਅਤੇ ਲੈਫਟ ਸਾਈਡ 'ਤੇ 21 ਸੈਕਟਰ ਆਪਾਂ ਮੈਗੀ ਮੂਗੀ ਖਾ ਲਈ ਆ ਅਤੇ ਚਾਹ ਪੀ ਲਈ ਆ ਢਿੱਡ ਆਪਾਂ ਭਰ ਲਿਆ ਅਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਇਹ 22 ਸੈਕਟਰ ਦੀ ਮਾਰਕੀਟ ਆ ਜੀ ਇੱਧਰ ਹੋਟਲ ਵੀ ਹੈ ਸ਼ੋਰੂਮ ਵਗੈਰਾ ਵਧੀਆ ਬਣੇ ਹੋਏ ਆ ਅਤੇ ਐਸੇ ਰੋਡ 'ਤੇ ਅੱਗੇ ਜਾ ਕੇ ਤੁਹਾਨੂੰ ਰੂਮਾਂ ਵੀ ਦਿਖਾਉਂਦੇ ਅੱਜ ਜੋ ਬਹੁਤ ਫੇਮਸ ਆ ਚੰਡੀਗੜ੍ਹ ਦਾ ਰੂਮਾਂ ਹੋਟਲ ਜਿੱਥੇ ਯਾਨੀ ਕਿ ਸਭ ਵੀ CCD ਅਤੇ ਇਹੋ ਜਿਹੇ ਰੈਸਟੋਰੈਂਟ ਬਣੇ ਹੋਏ ਨੇ ਉਹ 24 ਘੰਟੇ ਖੁੱਲ੍ਹਾ ਹੀ ਰਹਿੰਦਾ ਜਦੋਂ ਮਰਜ਼ੀ ਚਲੇ ਜਾਓ ਨਿੱਕ ਬੇਕਰ ਵੀ ਇੱਧਰ ਰਾਈਟ ਸਾਈਡ 'ਤੇ ਇਹ ਰੋਮਾ ਚੌਂਕ ਆ ਗਿਆ ਜੀ ਇਹਨੂੰ ਰੋਮਾ ਚੌਂਕ ਕਹਿੰਦੇ ਆ ਅਤੇ ਇਹਦੇ ਰਾਈਟ ਸਾਈਡ 'ਤੇ ਤੁਸੀਂ ਦੇਖੋਗੇ ਆਹ ਰੋਮਾ ਹੋਟਲ ਆ ਜੀ ਇੱਥੇ ਸਾਬੇ ਵਗੈਰਾ ਨਿੱਕ ਬੇਕਰ ਸਾਰਾ ਕੁਛ ਬਣਿਆ ਹੋਇਆ ਅਤੇ ਸਾਰੀ ਰਾਤ ਹੀ ਲੋਕ ਆਈ ਜਾਂਦੇ ਆ ਖਾਈ ਜਾਂਦੇ ਆ ਆਪਦਾ ਇੰਜੋਏ ਕਰਦੇ ਆ ਹੋਟਲ ਵੀ ਬਹੁਤ ਸੋਹਣਾ ਇਹ ਰੂਮ ਬਹੁਤ ਸੋਹਣੇ ਆ ਇਹਦੇ ਮੈਂ ਗਿਆ ਹੋਇਆ ਇਹਦੇ ਵਿੱਚ ਯਾਨੀ ਕਿ ਜਿਹਨੇ ਵੀ ਯਾਨੀ ਕਿ ਚੰਡੀਗੜ੍ਹ ਘੁੰਮਣ ਫਿਰਨ ਆਉਣਾ ਉਹ ਰੂਮਾਂ ਜ਼ਰੂਰ ਆਵੇ ਬਹੁਤ ਵਧੀਆ ਯਾਨੀ ਕਿ ਫੀਲ ਹੁੰਦਾ ਇੱਥੇ ਆ ਕੇ ਰੂਮਾ ਚੌਂਕ ਲੈਫਟ ਰਾਈਟ ਸਾਈਡ 'ਤੇ ਹੈਗਾ JW ਮੈਰਿਟ ਬਹੁਤ ਘੈਂਟ ਅਤੇ ਲਗਜ਼ਰੀ ਹੋਟਲ ਆ ਇਹਦੇ ਉੱਪਰ ਉੱਪਰ ਬਣਿਆ ਹੋਇਆ ਸਵਿਮਿੰਗ ਪੂਲ ਜਿੱਥੋਂ ਸਾਰਾ ਚੰਡੀਗੜ੍ਹ ਸ਼ਹਿਰ ਦਿਸਦਾ ਆ ਇੱਥੇ ਵੀ ਆਪਾਂ ਰਹੇ ਹੋਏ ਹਾਂ ਬਹੁਤ ਵਧੀਆ ਹੋਟਲ ਆ ਇਹ ਹੈਗਾ ਜੀ 35 ਸੈਕਟਰ ਦੇ ਵਿੱਚ ਅਤੇ ਇਹ ਤੁਹਾਨੂੰ ਚੰਗੀ ਤਰ੍ਹਾਂ ਦਿਖਾਈ ਦਿੰਦੇ ਹਾਂ ਆਪਾਂ ਇੱਧਰ ਦੀ ਗੱਡੀ ਕੱਢ ਲੈਂਦੇ ਹਾਂ ਬਹੁਤ ਘੈਂਟ JW ਮੈਰਿਟ ਹੋਟਲ ਚੰਡੀਗੜ੍ਹ ਦੀ ਸ਼ਾਨ ਆਪਾਂ ਤਾਂ ਰੋਕਾਂਗੇ ਜੀ ਬੱਤੀਆਂ 'ਤੇ ਰੈੱਡ ਬੱਤੀ ਹੋਈ ਹੋਈ ਆ ਰਾਤ ਨੂੰ ਵੀ ਰੋਕ ਕੇ ਜਾਣਾ ਚਾਹੀਦਾ ਚਲੋ ਇਹ ਗ੍ਰੀਨ ਹੋ ਗਈ ਚੌਂਕ ਬਹੁਤ ਸੋਹਣੇ ਆ ਚੰਡੀਗੜ੍ਹ ਦੇ ਹਰੇਕ ਚੌਂਕ ਗੋਲ ਹੀ ਆ ਅਤੇ ਇਹ ਆ ਜੀ JW ਮੈਰਿਟ ਹੋਟਲ 35 ਸੈਕਟਰ ਦੇ ਵਿੱਚ ਬਹੁਤ ਘੈਂਟ ਅਤੇ ਬਹੁਤ ਸੋਹਣਾ ਹੋਟਲ ਆ ਦੇਖ ਲਓ ਤੁਸੀਂ ਵੀ ਜ਼ਰੂਰ ਆਇਓ ਜਦੋਂ ਕਦੇ ਵੀ ਚੰਡੀਗੜ੍ਹ ਆਊਂ ਤਾਂ JW ਮੈਰਿਟ ਹੋਟਲ ਦੇ ਵਿੱਚ ਰੁਕਿਓ ਅਤੇ 35 ਸੈਕਟਰ ਦੇ ਵਿੱਚ ਹੀ ਯਾਨੀ ਕਿ 35A ਦੇ ਵਿੱਚ ਇਹ ਕਿਸਾਨ ਭਵਨ ਬਣਿਆ ਹੋਇਆ ਯਾਨੀ ਕਿ ਜੋ ਕਿਸਾਨ ਵੀਰ ਮੇਰੇ
ਪੰਜਾਬ ਚੋਂ ਹਰਿਆਣੇ ਚੋਂ ਆਉਂਦੇ ਨੇ ਉਹ ਇੱਥੇ ਰੂਮ ਲੈ ਕੇ ਰਹਿ ਸਕਦੇ ਆ। ਕਿਸਾਨ ਭਵਨ ਇਹ 35A ਦੇ ਵਿੱਚ ਹੈ ਅਤੇ ਜਿਹੜੇ ਵੀ ਵੀਰ ਆਉਣ ਉਹ ਇੱਥੇ ਕਮਰਾ ਲੈ ਕੇ ਰਹਿ ਸਕਦੇ ਆ। ਮੈਨੂੰ ਲੱਗਦਾ ਕਮਰੇ ਦਾ ਰੈਂਟ ਇੱਥੇ 500 to 1000 ਰੁਪਏ ਦੇ ਵਿੱਚ ਹੋਊਗਾ ਇੱਕ ਰਾਤ ਦਾ, ਅਤੇ ਸੋਹਣੇ ਰੂਮ ਬਣੇ ਹੋਏ ਆ। ਆਪਾਂ ਇੱਥੇ ਵੀ ਰਹੇ ਹੋਏ ਹਾਂ ਅਤੇ ਬਹੁਤ ਸੋਹਣਾ, ਯਾਨੀ ਕਿ ਬੈੱਡ ਬੁੱਡ ਵਧੀਆ ਲੱਗੇ ਹੁੰਦੇ ਆ ਅਤੇ ਏ ਸੀ ਵੀ ਆ, ਏ ਸੀ ਵਾਲੇ ਰੂਮ ਵੀ ਆ, ਕੂਲਰ ਵਾਲੇ ਰੂਮ ਵੀ ਆ, ਪੱਖੇ ਵਾਲੇ ਰੂਮ ਵੀ ਆ, ਸਾਰੇ ਵਧੀਆ। ਅਤੇ ਆ ਆਪਣੇ ਲੈਫਟ ਸਾਈਡ 35 sector ਅਤੇ ਰਾਈਟ ਸਾਈਡ ਹੈਗਾ ਜੀ 36 sector। ਅਤੇ ਇਹ ਰੋਡ ਜਾਂਦੀ ਆ ਜੀ ਮੋਹਾਲੀ ਨੂੰ ਅਤੇ ਮਗਰੋਂ ਉੱਧਰੋਂ ਆਉਂਦੀ ਆ 17 sector 22 sector ਤੋਂ, ਜਿੱਥੋਂ ਆਪਾਂ ਹੁਣ ਮੈਗੀ ਖਾ ਕੇ ਆਏ ਹਾਂ। ਅਤੇ ਹੁਣ ਆਪਾਂ ਚੱਲਿਆ ਜੀ ਮੋਹਾਲੀ ਨੂੰ ਅਤੇ ਤੁਹਾਨੂੰ ਆਹ ਨਾਈਟ ਦਾ ਵਿਊ ਚੰਡੀਗੜ੍ਹ ਦਾ ਦਿਖਾਉਣੇ ਜਾਂਦੇ ਹਾਂ, ਤੁਸੀਂ ਵੀ ਇੰਜੋਏ ਕਰੋ ਸਾਡੇ ਨਾਲ ਚੰਡੀਗੜ੍ਹ ਦੀਆਂ ਰਾਤਾਂ। ਚੰਡੀਗੜ੍ਹ ਦੇ ਵਿੱਚ ਗ੍ਰੀਨਰੀ ਬਹੁਤ ਜ਼ਿਆਦਾ ਆ, ਤੁਹਾਨੂੰ ਕੋਈ ਵੀ ਰੋਡ ਐਸਾ ਨਹੀਂ ਮਿਲੂਗਾ ਜਿੱਥੇ ਦਰੱਖਤ ਨਾ ਹੋਣ ਰੋਡ ਦੇ ਆਸੇ ਪਾਸੇ, ਅਤੇ ਕੋਈ ਵੀ ਪਾਰਕ ਇਹੋ ਜਿਹਾ ਨਹੀਂ ਮਿਲੂਗਾ ਜਿੱਥੇ, ਯਾਨੀ ਕਿ ਪਾਰਕ ਦੇ ਵਿੱਚ ਫੁੱਲ ਘਾਹ ਦਰੱਖਤ, ਯਾਨੀ ਕਿ ਗ੍ਰੀਨਰੀ ਬਹੁਤ ਜ਼ਿਆਦਾ ਚੰਡੀਗੜ੍ਹ ਦੇ ਵਿੱਚ, ਜਿੰਨੀ ਤੁਸੀਂ ਸੋਚਿਆ ਨਹੀਂ ਨਾ ਹੋਣਾ ਉਸ ਤੋਂ ਵੀ ਜ਼ਿਆਦਾ ਗ੍ਰੀਨਰੀ ਹੈ ਚੰਡੀਗੜ੍ਹ ਦੇ ਵਿੱਚ। ਇਹ ਤੁਹਾਨੂੰ ਨਾ ਕਿਸੇ ਦਿਨ ਆਪਾਂ ਦਿਨੇ ਬਲੌਗ ਬਣਾਵਾਂਗੇ, ਉਸ ਦਿਨ ਤੁਹਾਨੂੰ ਦਿਖਾਵਾਂਗੇ ਕਿ ਚੰਡੀਗੜ੍ਹ ਦੇ ਵਿੱਚ ਕਿੰਨੀ ਗ੍ਰੀਨਰੀ ਆ। ਅਤੇ ਰੋਡਾਂ ਵੀ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇ, ਟ੍ਰੈਫਿਕ ਰੂਲਸ ਬਹੁਤ ਵਧੀਆ ਆ, ਹਰੇਕ ਚੌਂਕ ਦੇ ਵਿੱਚ ਕੈਮਰੇ ਲੱਗੇ ਹੋਏ ਆ, ਕੋਈ ਵੀ ਤੁਸੀਂ ਰੂਲ ਤੋੜਦੇ ਹੋ ਤਾਂ ਤੁਹਾਡੇ ਘਰ ਉਹ ਯਾਨੀ ਕਿ ਤੁਹਾਡਾ ਨੰਬਰ ਪਲੇਟ ਸਕੈਨ ਹੋ ਕੇ ਤੁਹਾਡੇ ਘਰ ਚਲਾਣ ਪਹੁੰਚ ਜੂਗਾ ਕਿ ਤੁਸੀਂ ਆਹ ਗਲਤੀ ਕੀਤੀ ਆ। ਵਿਦ ਪਰੂਫ ਦਿੰਦੇ ਆ, ਤੁਹਾਡੀ ਗੱਡੀ ਦੀ ਫੋਟੋ ਵੀ ਆ ਜੂਗੀ ਤੁਹਾਡੇ ਕੋਲ ਵੀ ਤੁਸੀਂ ਆਹ ਇਸ ਚੌਂਕ 'ਤੇ ਆਹ ਗਲਤੀ ਕੀਤੀ ਸੀ, ਇਸ ਕਰਕੇ ਤੁਹਾਡਾ ਚਲਾਣ ਕੱਟਿਆ ਗਿਆ ਆ। ਅੱਜ ਦੇ ਬਲੌਗ ਲਈ ਇੰਨਾ ਹੀ, ਤੁਹਾਨੂੰ ਚੰਡੀਗੜ੍ਹ ਦੀ ਸੈਰ ਕਰਵਾਈ ਆ। ਮੇਰੇ ਬਲੌਗ ਦੇ ਵਿੱਚ ਜੇ ਕੁਛ ਤੁਹਾਨੂੰ ਕਮੀ ਲੱਗਦੀ ਆ ਉਹ ਦੱਸਿਆ ਕਰੋ, ਕਮੈਂਟ ਕਰਿਆ ਕਰੋ, ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਫਿਰ ਮੈਂ ਹੋਰ ਬਲੌਗ ਬਣਾਵਾਂ, ਤੁਹਾਨੂੰ ਹੋਰ ਨਵੀਆਂ ਨਵੀਆਂ ਜਗ੍ਹਾਵਾਂ 'ਤੇ ਲੈ ਕੇ ਜਾਵਾਂ, ਘੁਮਾਵਾਂ ਤੁਹਾਨੂੰ ਹੋਰ ਸਾਰੀਆਂ ਜਗ੍ਹਾਵਾਂ, ਦੱਸਾਂ ਚੰਡੀਗੜ੍ਹ ਦੇ ਵਿੱਚ ਕੀ ਆ, ਮੋਹਾਲੀ ਦੇ ਵਿੱਚ ਕੀ ਆ। ਫਿਰ ਉਸ ਤੋਂ ਬਾਅਦ ਆਪਾਂ ਹੋਰ ਅਪਡੇਟ ਹੋਵਾਂਗੇ, ਚੰਡੀਗੜ੍ਹ ਮੋਹਾਲੀ ਤੋਂ ਬਾਹਰ ਨਿਕਲ ਕੇ ਤੁਹਾਨੂੰ ਉਹ ਵੀ ਬਲੌਗ ਬਣਾਵਾਂਗੇ, ਉਹ ਤੁਹਾਨੂੰ ਦੱਸਾਂਗੇ। ਹੁਣ ਆਪਾਂ ਚੰਡੀਗੜ੍ਹ ਨੂੰ ਕਹਿੰਦੇ ਹਾਂ ਬਾਏ ਬਾਏ ਅਤੇ ਮੋਹਾਲੀ ਦੇ ਵਿੱਚ ਐਂਟਰ ਹੁੰਦੇ ਹਾਂ। ਸੋ ਆਪਣਾ ਚੈਨਲ ਵਿਜ਼ਿਟ ਇੰਡੀਆ ਸਬਸਕ੍ਰਾਈਬ ਕਰ ਦਿਓ ਅਤੇ ਆਪਣੇ ਫਰੈਂਡਸ ਤੋਂ ਵੀ ਸਬਸਕ੍ਰਾਈਬ ਕਰਾਇਓ, ਠੀਕ ਹੈ ਜੀ। ਓਕੇ, ਬਾਏ, ਟਾਟਾ।